ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼ਬਦ ਕਰਾਂਗੇ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਅਕਸਰ ਆਪ ਜੀ ਇਹ ਸ਼ਬਦ ਸੁਣਦੇ ਹੋ। ਇਸ ਸ਼ਬਦ ਵਿੱਚ ਆਪ ਜੀ ਨੂੰ ਮੈਂ ਦੱਸ ਦੇਵਾਂ ਕਿ ਜੋ ਮੇਨ ਸਵਰ ਹੈ ਉਹ ਇਸ ਸਵਰ ਦਾ ਮਾਂ ਹੈ ਅਤੇ ਸਥਾਈ ਦੀ ਸ਼ੁਰੂਆਤ ਧਾਤ ਕੀਤੀ ਜਾਵੇਗੀ। ਇੱਕ ਵਾਰ ਵੇਖੋ ਸਥਾਈ। ਜੋ ਮੰਗੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ। ਇੱਕ ਵਾਰ ਇਸਨੂੰ ਸਰਗੋ ਵਿੱਚ ਦੇਖ ਲਵੋ। ਧਾ 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 ਮਾ ਪਾ ਧਾ ਪਾ ਮਾ ਗਾ ਰੇ ਪਾ ਪਾ ਮਾ ਪਾ ਧਾ ਪਾ ਪਾ ਮਾ। ਇੱਕ ਵਾਰ ਫਿਰ ਵੇਖੋ। ਧਾ 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 ਮਾ ਪਾ ਧਾ ਪਾ ਮਾ ਗਾ ਰੇ ਪਾ ਪਾ ਮਾ ਪਾ ਧਾ ਪਾ ਪਾ ਮਾ। ਜੋ ਇਸਦੇ ਨਾਲ ਹੀ ਲੈਣ ਬੋਲਣੀ ਹੈ ਉਹ ਵੀ ਇੱਕ ਵਾਰ ਆਪ ਜੀ ਵੇਖ ਲਵੋ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਸੱਚ ਹੋਵੇ। ਸਸ ਸਸ ਸਸਨੀ ਸਸ ਰੇ ਰੇ ਸਸਨੀ ਨੀ ਸਨੀ ਧਾ ਧਾ ਪਾ 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 ਧਾ। ਫਿਰ ਇਹ ਲੈਣ ਬੋਲ ਕੇ ਅਸੀਂ ਸਥਾਈ ਦੀ ਪਹਿਲੀ ਲੈਣ ਤੇ ਆ ਜਾਵਾਂਗੇ। ਜੋ ਮੰਗੈ ਠਾਕੁਰੇ ਆਪਣੇ ਸੋਈ ਸੋਈ। ਸੋ ਇਹ ਸਥਾਈ ਹੁਣ ਅਸੀਂ ਅੰਤਰਾ ਕਰਾਂਗੇ। ਅੰਤਰੀ ਸ਼ੁਰੂਆਤ ਵੀ ਉੱਪਰਲੇ ਸਾਥ ਕਰਾਂਗੇ, ਸੇਮ ਇਸੇ ਤਰ੍ਹਾਂ ਹੀ ਗਾਇਆ ਜਾਏਗਾ। ਇੱਕ ਵਾਰ ਵੇਖੋ। ਚਤਰ ਨਿਸ਼ਾ ਕੀ ਨੋ ਬਲ ਆਪਣਾ ਸਿਰੇ ਉੱਪਰ ਕਰ ਤਾਰੇ ਹੋ। ਸਸ ਸਸ ਸਸਨੀ ਸਸ ਰੇ ਰੇ ਸਸਨੀ ਨੀ ਸਨੀ ਧਾ ਧਾ ਪਾ ਮਾ ਪਾ ਪਾ ਧਾ। ਚਤਰ ਨਿਸ਼ਾ ਕੀ ਨੋ ਬਲ ਆਪਣਾ ਸਿਰੇ ਉੱਪਰ ਕਰ ਤਾਰੇ ਹੋ। ਜੋ ਨੈਕਸਟ ਲਾਈਨ ਅੰਦਰ ਦੀ ਹੈ ਉਹ ਵੀ ਬੋਲ ਕੇ ਇਸੇ ਨਾਲ ਹੀ ਫਿਰ ਦੁਬਾਰਾ ਸਥਾਈ ਤੇ ਆ ਜਾਵਾਂਗੇ। ਜੋ ਮੰਗੈ ਠਾਕੁਰੇ ਆਪਣੇ ਸੋਈ ਸੋਈ ਦੇਵੈ। ਸੋ ਸਹੀ ਹੈ ਤੇ ਅੰਤਰਾ ਇਸੇ ਤਰ੍ਹਾਂ ਆਪ ਜੀ ਦਾ ਸ਼ਬਦ ਕੰਪਲੀਟ ਹੋ ਜਾਵੇਗਾ। ਸਾਰੇ ਅੰਦਰ ਇਹਨਾਂ ਸਵਰ ਤੇ ਹੀ ਗਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ